ਸੋ ਅਸੀਂ ਆਪਣੀ ਇਹਨਾਂ ਵੀਡੀਓਜ਼ ਦੇ ਜ਼ਰੀਏ ਹਮੇਸ਼ਾ ਸਟੂਡੈਂਟਸ ਲਈ ਚੰਗੀਆਂ ਆਪਸ਼ਨਸ ਬਾਰੇ ਅਵੇਅਰ ਕਰਦੇ ਰਹਿੰਦੇ ਹਾਂ। ਅੱਜ ਵੀ ਅਸੀਂ ਬਹੁਤ ਹੀ ਖਾਸ ਆਪਸ਼ਨ ਬਾਰੇ ਦੱਸਣ ਜਾ ਰਹੇ ਹਾਂ, ਖਾਸ ਤੌਰ 'ਤੇ ਇੰਜੀਨੀਅਰਿੰਗ ਸਟੂਡੈਂਟਸ ਦੇ ਲਈ। ਸੋ ਸਿਰਫ ਕੈਨੇਡਾ, ਆਸਟ੍ਰੇਲੀਆ, UK ਹੀ ਨਹੀਂ ਬਲਕਿ ਹੋਰ ਵੀ ਕੰਟਰੀਜ਼ ਵਿੱਚ ਤੁਹਾਨੂੰ ਢੇਰ ਸਾਰੀਆਂ ਚੰਗੀਆਂ ਆਪਸ਼ਨਸ ਮਿਲਦੀਆਂ ਨੇ। ਅਤੇ ਅੱਜ ਆਪਾਂ ਸਪੈਸ਼ਲੀ ਜਰਮਨੀ ਦੀ ਗੱਲ ਕਰਨ ਜਾ ਰਹੇ ਹਾਂ ਔਰ ਕਿਹੜੇ ਕਿਹੜੇ ਚੰਗੇ ਕੋਰਸਿਸ ਨੇ ਜੋ ਤੁਹਾਨੂੰ ਫਿਊਚਰ ਦੇ ਵਿੱਚ ਬਹੁਤ ਬੈਨੀਫਿਟ ਦੇ ਸਕਦੇ ਨੇ ਅਤੇ ਕੀ ਫਾਇਦੇ ਨੇ ਅਗਰ ਤੁਸੀਂ ਜਰਮਨੀ ਦਾ ਸਟੱਡੀ ਵੀਜ਼ਾ ਲਗਵਾਉਂਦੇ ਹੋ ਇਹਨਾਂ ਫੀਲਡਸ ਦੇ ਵਿੱਚ। ਸੋ ਇੱਕ ਇੱਕ ਪੁਆਇੰਟ ਤੁਹਾਡੇ ਨਾਲ ਅੱਜ ਕਲੀਅਰ ਕਰਾਂਗੇ ਇਸ ਵੀਡੀਓ ਦੇ ਜ਼ਰੀਏ। ਸਟੂਡੈਂਟਸ ਜਿਹੜੇ ਸਿੰਸੀਅਰ ਸਟੂਡੈਂਟਸ ਨੇ ਉਹਨਾਂ ਨੂੰ ਕਹਿਣਾ ਚਾਹਾਂਗੇ ਜ਼ਰੂਰ ਕਿ ਤੁਸੀਂ ਇਹ ਵੀਡੀਓ ਅਗਰ ਹੁਣ ਦੇਖ ਰਹੇ ਹੋ ਤਾਂ ਅਖੀਰ ਤੱਕ ਇਹ ਵੀਡੀਓ ਜ਼ਰੂਰ ਦੇਖਿਓ, ਕਿਉਂਕਿ ਪੂਰੀ ਵੀਡੀਓ ਦੇ ਵਿੱਚ ਇੱਕ ਇੱਕ ਸੈਕਿੰਡ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲਾ ਹੈ। ਸਾਰੀ ਇਨਫੋਰਮੇਸ਼ਨ ਤੁਹਾਡੇ ਫਿਊਚਰ ਦੇ ਲਈ ਬਹੁਤ ਹੀ ਖਾਸ ਰਹਿਣ ਵਾਲੀ ਹੈ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਅੱਜ ਖਾਸ ਤੌਰ 'ਤੇ ਜਰਮਨੀ ਸਟੱਡੀ ਵੀਜ਼ਾ ਨੂੰ ਲੈ ਕੇ ਔਰ ਚੰਗੀਆਂ ਆਪਸ਼ਨਸ ਬਾਰੇ ਢੇਰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ। ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਸਟੂਡੈਂਟਸ ਸਾਰੇ ਜਾਣਦੇ ਨੇ, ਮੈਂ ਹਰ ਵਾਰੀ ਸ਼ੁਰੂਆਤ ਵਿੱਚ ਇਹ ਗੱਲ ਜ਼ਰੂਰ ਕਹਿੰਦੀ ਹਾਂ ਕਿ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਔਰ ਇਸ ਗੱਲ ਤੋਂ ਸਟੂਡੈਂਟ ਖੁਦ ਸਮਝ ਸਕਦੇ ਨੇ ਕਿ ਮੈਮ ਦਾ ਕਿੰਨਾ ਹਾਰਡਵਰਕ ਔਰ ਕਿੰਨਾ ਰਿਸਰਚ ਵਰਕ ਹੈ ਆਪਣੀ ਹੀ ਫੀਲਡ ਦੇ ਵਿੱਚ। ਅਤੇ ਇਸ ਲਈ ਮੈਮ ਅਲੱਗ ਅਲੱਗ ਕੰਟਰੀਜ਼ ਵਿੱਚ ਵਿਜ਼ਿਟ ਵੀ ਕਰਦੇ ਰਹਿੰਦੇ ਨੇ ਤਾਂ ਕਿ ਸਟੂਡੈਂਟਸ ਲਈ ਚੰਗੇ ਚੰਗੇ ਕੋਰਸਿਸ ਲੈ ਕੇ ਆਉਣ ਔਰ ਸਟੂਡੈਂਟਸ ਨੂੰ ਅਵੇਅਰ ਕਰਨ ਕਿ ਕਿਵੇਂ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ। ਸੋ ਪਿੱਛੇ ਜੇ ਮੈਮ ਜਰਮਨੀ ਵੀ ਗਏ ਹੋਏ ਸੀ, ਉੱਥੇ ਮੈਮ ਨੇ ਢੇਰ ਸਾਰੇ ਪ੍ਰੋਗਰਾਮਸ ਬਾਰੇ ਸਟੱਡੀ ਕੀਤੀ ਹੈ ਔਰ ਅੱਜ ਉਸੇ ਦੇ ਤਹਿਤ ਅੱਜ ਤੁਹਾਨੂੰ ਕਈ ਚੰਗੇ ਕੋਰਸਿਸ ਬਾਰੇ ਗਾਈਡ ਕਰਨਗੇ। ਸੋ ਮੈਮ ਜ਼ਰੂਰ ਇੰਜੀਨੀਅਰਿੰਗ ਨੂੰ ਲੈ ਕੇ ਜਿਹੜੇ ਖਾਸ ਕੋਰਸਿਸ ਨੇ ਔਰ ਆਪਾਂ ਅਗਰ ਜਰਮਨੀ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਔਰ ਕਿੰਨਾ ਕੁ ਵਧੀਆ ਆਪਸ਼ਨ ਇਹਨਾਂ ਦੇਖਿਆ ਜਾਏ ਜਿੱਥੇ ਸਟੂਡੈਂਟਸ ਵਿੱਚ ਅੱਜ ਕੱਲ੍ਹ ਚੱਲਣ ਹੈ ਕਿ ਕੈਨੇਡਾ ਜਾਈਏ, ਆਸਟ੍ਰੇਲੀਆ ਜਾਈਏ, UK ਜਾਈਏ, ਉਹ ਵੀ ਕੰਟਰੀਜ਼ ਆਪਣੀ ਥਾਂ ਸਹੀ ਨੇ, ਪਰ ਜਰਮਨੀ ਨੂੰ ਤੁਸੀਂ ਸਟੱਡੀ ਵੀਜ਼ਾ ਦੇ ਲਈ ਕਿਸ ਤਰ੍ਹਾਂ ਨਾਲ ਦੇਖਦੇ ਹੋ? ਹਰਜੋ ਦੇਖੋ, ਜਿਹੜਾ ਵੀ ਸਟੂਡੈਂਟ ਦੋ ਸਟੂਡੈਂਟਸ ਹੂ ਆਰ ਰੀਅਲੀ ਇੰਟੈਲੀਜੈਂਟ, ਦੋ ਸਟੂਡੈਂਟਸ ਹੂ ਆਰ ਫੋਰ ਯੂ ਨੋ ਦਿਸ ਟੈਕਨੋਲੋਜੀ ਪ੍ਰੋਗਰਾਮਸ, ਮੈਕੈਨੀਕਲ ਇੰਜੀਨੀਅਰਿੰਗ ਆਰ ਸਮਥਿੰਗ ਲਾਈਕ ਦੈਟ, ਦੇ ਵਾਂਟ ਟੂ ਯੂ ਨੋ ਡੂ ਦੀਸ ਕੋਰਸਿਸ ਫਰੋਮ ਜਰਮਨੀ। ਜਿਹੜੇ ਵੀ ਬੱਚੇ ਆਪਣੇ ਟੈਕਨੋਲੋਜੀ ਪ੍ਰੋਗਰਾਮ ਜਾਂ ਮਕੈਨੀਕਲ ਇੰਜੀਨੀਅਰਿੰਗ ਦੇ ਰਿਲੇਟਿਡ ਕਰਨਾ ਚਾਹੁੰਦੇ ਉਹ ਜਰਮਨੀ ਜਾਣਾ ਚਾਹੁੰਦੇ ਆ। ਵਾਏ? ਬਿਕੋਜ਼ ਜਰਮਨੀ ਜਿਹੜਾ ਟੈਕਨੋਲੋਜੀ ਦੇ ਵਿੱਚ, ਤੁਸੀਂ ਕੋਈ ਵੀ ਗੱਡੀ ਦੇਖੋ, ਮੈਕਸੀਮਮ ਜਿਹੜੀ ਅੱਛੀ ਗੱਡੀਆਂ, ਦੀਜ਼ ਆਰ ਆਲ ਫਰੋਮ ਜਰਮਨੀ, ਹੈ ਨਾ। ਕਾਰਸ ਦੇ ਐਨੀ ਮਾਡਲ ਯੂ ਵਿਲ ਸੀ, ਦੀਜ਼ ਆਰ ਆਲ ਫਰੋਮ ਜਰਮਨੀ, ਬੈਸਟ ਕਾਰਸ ਦੇ। ਟੈਕਨੋਲੋਜੀ ਵਾਈਜ਼ ਦੇ ਆਰ ਵੈਰੀ ਗੁੱਡ। ਅਤੇ ਜੇ ਆਪਾਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਫਿਰ ਬਿਜ਼ਨਸ ਵੀ ਟੈਕਨੋਲੋਜੀ ਦੇ ਨਾਲ ਬਿਜ਼ਨਸ ਚੱਲੇਗਾ। ਕੋਈ ਪ੍ਰੋਡਕਟ ਬਣਾਇਆ, ਫਿਰ ਉਹਦੀ ਮਾਰਕੀਟਿੰਗ ਹੈ, ਦੈਨ ਯੂ ਹੈਵ ਟੂ ਅੰਡਰਸਟੈਂਡ ਦਾ ਬਿਜ਼ਨਸ ਐਸ ਵੈਲ। ਸੋ ਜਿਹੜੀ ਯੂਨੀਵਰਸਿਟੀਜ਼ ਦੇ ਮੈਂ ਪ੍ਰੋਗਰਾਮਸ ਦੀ ਗੱਲ ਕਰ ਰਹੀ ਹਾਂ, ਦੇ ਡੂ ਹੈਵ ਕਾਇੰਡ ਆਫ ਇੰਡਸਟਰੀਅਲ ਇੰਜੀਨੀਅਰਿੰਗ, ਬਿਜ਼ਨਸ ਸਾਈਕੋਲੋਜੀ, ਦ ਨੇਮ ਬਿਜ਼ਨਸ ਸਾਈਕੋਲੋਜੀ ਮੀਨਸ ਯੂ ਹੈਵ ਟੂ ਅੰਡਰਸਟੈਂਡ ਦਾ ਬਿਜ਼ਨਸ, ਵਟ ਮਾਰਕੀਟ ਰਿਕੁਆਇਰ, ਅਕੋਰਡਿੰਗ ਟੂ ਦੈਟ ਯੂ ਹੈਵ ਟੂ ਪ੍ਰੋਡਿਊਸ ਦਾ ਪ੍ਰੋਡਕਟ। ਮਤਲਬ ਮਾਰਕੀਟ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਉਹਦੇ ਹਿਸਾਬ ਨਾਲ ਜਿਹੜਾ ਹੈ ਪ੍ਰੋਡਕਟ ਡਿਜ਼ਾਈਨ ਕੀਤਾ ਜਾਂਦਾ। ਮੈਂ ਤੁਹਾਨੂੰ ਕੁਝ ਪ੍ਰੋਗਰਾਮਸ ਦੱਸ ਰਹੀ ਹਾਂ, ਦੀਜ਼ ਆਰ ਵੈਰੀ ਬਿਊਟੀਫੁਲ ਪ੍ਰੋਗਰਾਮਸ ਐਂਡ ਯੂ ਕੈਨ ਸੀ ਸਮਥਿੰਗ ਲਾਈਕ ਦੈਟ। ਬਿਜ਼ਨਸ ਐਡਮਿਨਿਸਟ੍ਰੇਸ਼ਨ ਇਜ਼ ਵੈਰੀ ਕਾਮਨ ਪ੍ਰੋਗਰਾਮ, MBA, ਇੰਡਸਟਰੀਅਲ ਇੰਜੀਨੀਅਰਿੰਗ, ਦੈਨ ਮਕੈਨੀਕਲ ਇੰਜੀਨੀਅਰਿੰਗ ਐਂਡ ਡਿਜੀਟਲ ਟੈਕਨੋਲੋਜੀਸ, ਇੰਡਸਟਰੀਅਲ ਬਿਜ਼ਨਸ ਮੈਨੇਜਮੈਂਟ, ਬਿਗ ਡਾਟਾ ਐਂਡ ਬਿਜ਼ਨਸ ਐਨਾਲਿਟਿਕ, ਡਿਜ਼ਾਈਨ ਐਂਡ ਇਨੋਵੇਸ਼ਨ ਮੈਨੇਜਮੈਂਟ ਐਂਡ ਇੰਡਸਟਰੀ 4 ਐਂਡ ਮੈਨੇਜਮੈਂਟ। ਸੋ ਨਾਓ ਸੀ,
ਇੰਨੇ ਅੱਛੇ ਪ੍ਰੋਗਰਾਮ ਸੀ। ਬਿਜ਼ਨਸ ਡਾਟਾ ਐਂਡ ਐਨਾਲਿਟਿਕ ਇਜ਼ ਵੈਰੀ ਕਾਮਨ ਐਵਰੀਵੇਅਰ। ਇੰਡਸਟਰੀਅਲ ਇੰਜੀਨੀਅਰਿੰਗ, ਇੰਡਸਟਰੀਅਲ ਇੰਜੀਨੀਅਰਿੰਗ ਜਿਹੜਾ ਇੱਕ ਬੜਾ ਪਰਟੀਕੁਲਰ ਪ੍ਰੋਗਰਾਮ ਹੈ ਜਿਹੜਾ ਹਰ ਕੰਟਰੀ ਨਹੀਂ ਦਿੰਦੀ ਆ। ਟੈਕਨੋਲੋਜੀ ਤੋਂ ਰਿਲੇਟਡ ਜੇ ਜਾਣਾ ਤਾਂ ਉਹ ਸਾਰਾ ਜਰਮਨੀ ਦੇ ਵਿੱਚ ਹੀ ਬੱਚਾ ਪ੍ਰੈਫਰ ਕਰੇਗਾ। ਹੁਣ ਜਿੱਥੇ ਰਸ਼ ਨਹੀਂ ਹੈ, ਜਿੱਥੇ ਭੀੜ ਨਹੀਂ ਹੈ, ਉੱਥੇ ਨੈਚੁਰਲ ਜੋਬ ਅਵੇਲੇਬਿਲਟੀ ਵੀ ਜ਼ਿਆਦਾ। ਜਿੱਦਾਂ ਹੀ ਪ੍ਰੋਗਰਾਮ ਕੰਪਲੀਟ ਕਰਦੇ ਹੋ ਅਤੇ ਤੁਹਾਡਾ ਜਿਹੜਾ ਜੋਬ, ਯੂ ਆਰ ਆਲਵੇਜ਼ ਇਨ ਜੋਬ ਨਾ। ਦੇਰ ਆਰ ਫਿਊ ਕੁਸ਼ਚਨਸ ਫਰੋਮ ਸਟੂਡੈਂਟ ਸਾਈਡ, ਸਟੂਡੈਂਟ ਦੀ ਸਾਈਡ ਤੋਂ ਕੁਛ ਕੁਸ਼ਚਨ ਆਉਂਦੇ ਆ। ਜਿਹੜਾ ਨੌਰਥ ਦਾ ਸਟੂਡੈਂਟ ਹੈ ਉਹਨਾਂ ਦੇ ਕੁਸ਼ਚਨ ਕੀ ਹੋਣਗੇ? ਪੋਸਟ ਸਟੱਡੀ ਵਰਕ ਪਰਮਿਟ ਕਿੰਨਾ, ਰਾਈਟ? ਉੱਥੇ ਜੋਬ ਮੇਰਾ ਸੈਟਲਮੈਂਟ ਆਪਸ਼ਨ ਕੀ ਹੈ? ਇਹ ਦੋ ਕੁਸ਼ਚਨ ਸਾਡੇ ਨੌਰਥ ਇੰਡੀਅਨ ਦੇ ਜ਼ਰੂਰੀ ਹੁੰਦੇ ਆ। ਮੇਰਾ ਇਹ ਆਨਸਰ ਹੈ, ਜੇ ਕੋਰਸ ਅੱਛਾ ਹੈ ਅਤੇ ਤੁਸੀਂ ਪੀ ਆਰ ਦੇ ਪਿੱਛੇ ਨਹੀਂ ਭੱਜ ਰਹੇ, ਪੀ ਆਰ ਤੁਹਾਡੇ ਪਿੱਛੇ ਭੱਜ ਰਹੀ ਹੈ, ਤੁਸੀਂ ਜੋਬ ਦੇ ਪਿੱਛੇ ਨਹੀਂ ਭੱਜ ਰਹੇ, ਜੋਬ ਤੁਹਾਡੇ ਪਿੱਛੇ ਭੱਜ ਰਹੀ ਹੈ। ਆਈ ਗੈਟਿੰਗ ਮਾਈ ਪੁਆਇੰਟ, ਰਾਈਟ? ਅਤੇ ਜੇ ਕੋਰਸ ਅੱਛਾ ਹੈ, ਮੈਂ ਹਜੇ ਜਦ ਜਰਮਨੀ ਗਈ ਹਾਂ, ਇੱਕ ਬੱਚੇ ਦੇ ਵੀ ਇਹ ਨਹੀਂ ਹੋਇਆ ਕਿ ਮੈਨੂੰ ਜੋਬ ਨਹੀਂ ਮਿਲ ਰਹੀ ਜਾਂ ਮੈਨੂੰ ਕੋਈ ਕਮੀ ਕਿਸੇ ਕਿਸਮ ਦੀ ਆ ਰਹੀ ਹੈ। ਆਈ ਵਾਜ਼ ਇਨ ਬਰਲਿਨ ਫੋਰ ਸਮ ਟਾਈਮ, ਆਈ ਵਾਜ਼ ਇਨ ਫਰੈਂਕਫਰਟ। ਜਿਹੜੀ ਸਿਟੀ ਏਰੀਆ ਉੱਥੇ ਲੈਂਗੁਏਜ ਦੀ ਵੀ ਪ੍ਰੋਬਲਮ ਨਹੀਂ ਹੈ, ਕਿਉਂਕਿ ਉੱਥੇ ਜਿਹੜਾ ਯੰਗਸਟਰਸ ਹੈ ਜਾਂ ਕੋਰਸਿਸ ਉਹ ਸਾਰੇ ਇੰਗਲਿਸ਼ ਲੈਂਗੁਏਜ ਦੇ ਵਿੱਚ ਹੈ। ਜਦ ਤੁਸੀਂ ਇੰਟਰਨੈਸ਼ਨਲ ਕੰਪਨੀਜ਼ ਦੇ ਵਿੱਚ ਕੰਮ ਕਰਦੇ ਹੋ, ਉਹ ਖਾਲੀ ਇੰਗਲਿਸ਼ ਦੇ ਵਿੱਚ ਚੱਲਦੀਆਂ, ਉਹ ਲੋਕਲ ਨਹੀਂ ਚੱਲਦੀਆਂ। ਬਟ ਜੇ ਆਪਾਂ ਸਰਵਿਸ ਇੰਡਸਟਰੀ ਦੀ ਗੱਲ ਕਰੀਏ, ਜਿੱਦਾਂ ਕਾਲ ਸੈਂਟਰ ਹੋ ਗਿਆ, ਸਮਝੋ ਕਿਸੇ ਨੂੰ ਪੰਜਾਬ ਦੇ ਰੂਰਲ ਏਰੀਆ ਵਿੱਚ ਕਾਲ ਕਰਨੀ ਹੈ, ਪੇਰੈਂਟਸ ਨੂੰ ਸਮਝਾਉਣਾ, ਉਹਨਾਂ ਦੇ ਨਾਲ ਪੰਜਾਬੀ 'ਚ ਗੱਲ ਕਰਨੀ ਪਏਗੀ। ਬਟ ਜੇ ਅਸੀਂ ਬੋਂਬੇ 'ਚ ਗੱਲ ਕਰ ਰਹੇ ਹਾਂ ਔਰ ਪੇਰੈਂਟ ਸਰਵਿਸ ਮੈਨ ਹੈ, ਉਹ ਇੰਗਲਿਸ਼ 'ਚ ਗੱਲ ਕਰਨਗੇ। ਸੇਮ ਉੱਥੇ ਦਾ ਵੀ ਇਹੀ ਹੈ। ਜੇ ਤੁਸੀਂ ਮਕੈਨੀਕਲ ਇੰਜੀਨੀਅਰਿੰਗ ਕਰਕੇ ਨਿਕਲੇ ਹੋ, ਤੁਸੀਂ ਆਪਣੇ ਕਲੀਗਸ ਤੋਂ ਗੱਲ ਕਰ ਰਹੇ ਹੋ, ਉਹ ਸਾਰੇ ਇੰਗਲਿਸ਼ 'ਚ ਗੱਲ ਕਰ ਰਹੇ ਆ। ਤੁਹਾਨੂੰ ਕਿਸੇ ਹੋਰ ਤੋਂ, ਜਾਂ ਤੁਸੀਂ ਵਿਲੇਜ 'ਚ ਜਾ ਰਹੇ ਹੋ, ਯੂ ਕੈਨ ਫੇਸ ਪ੍ਰੋਬਲਮ। ਬਟ ਜੇ ਤੁਸੀਂ ਸਿਟੀ ਵਿੱਚ ਹੋ ਤਾਂ ਤੁਹਾਨੂੰ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ, ਕਿਉਂਕਿ ਕੋਡ ਸਾਰੇ ਇੰਗਲਿਸ਼ 'ਚ ਹੈ। ਹੁਣ ਜਿਹੜਾ ਪ੍ਰੋਸੈਸ ਹੈ ਵੀਜ਼ਾ ਦਾ, ਦੈਟ ਇਜ਼ ਦਾ ਮੇਨ ਥਿੰਗ, ਠੀਕ ਹੈ? ਤੁਹਾਨੂੰ ਜਿਹੜਾ ਕੁਛ ਯੂਨੀਵਰਸਿਟੀਜ਼ ਆਇਲਸ ਮੰਗਦੀਆਂ, ਕੁਛ ਐੱਮ ਓ ਆਈ ਅਤੇ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦੇ ਕੰਮ ਕਰਦੀਆਂ। 60% ਦੀ ਐਵਰੇਜ ਪਰਸੈਂਟੇਜ ਹਰ ਯੂਨੀਵਰਸਿਟੀ ਤੁਹਾਡੇ ਸਬਜੈਕਟ 'ਚ ਮੰਗਦੀ ਹੈ, ਕਿਉਂਕਿ ਪੜ੍ਹਾਉਣਾ। ਜੇ ਤੁਹਾਡੇ ਕੋਈ 45% ਹੈ ਤਾਂ ਉਹਨਾਂ ਨੂੰ ਲੱਗਦਾ ਬੱਚਾ ਪੜ੍ਹਨ ਵਾਲਾ ਨਹੀਂ ਹੈ, ਨੈਚੁਰਲ ਉਹਦੀ ਪਰਫੋਰਮੈਂਸ 'ਚ ਮੁਸ਼ਕਲ ਆਏਗੀ। 60% ਆਉਣਾ ਐਨ ਐਵਰੇਜ, ਅਸੀਂ ਵੀ ਸਟੂਡੈਂਟ ਦਾ ਦੇਖਦੇ ਹਾਂ। ਤੁਹਾਡਾ ਜਿਹੜਾ ਜਦ ਐਡਮਿਸ਼ਨ ਹੁੰਦਾ, ਉਸ ਤੋਂ ਪਹਿਲੇ ਜਰਮਨ ਇਕੁਐਲੈਂਸੀ ਦੇ ਵਾਸਤੇ ਤੁਹਾਡੇ ਡਾਕੂਮੈਂਟ ਜਾਂਦੇ ਆ, ਉਹਦੇ ਵਿੱਚ 2 to 3 months ਤੁਹਾਡੇ ਕੁਆਲੀਫਿਕੇਸ਼ਨ ਅਸੈਸਮੈਂਟ ਦੇ ਲੱਗ ਜਾਂਦੇ ਆ। ਉਹ ਉਸੇ ਟਾਈਮ ਤੁਹਾਡਾ ਜਰਮਨੀ ਦਾ ਇੱਕ ਬਲੌਕ ਅਕਾਊਂਟ ਖੁੱਲ੍ਹਦਾ, ਜਿੱਦਾਂ ਕੈਨੇਡਾ ਦਾ ਜੀ ਆਈ ਸੀ ਖੁੱਲ੍ਹਦਾ, ਉਸ ਹਿਸਾਬ ਨਾਲ 11,230 ਆਈ ਥਿੰਕ ਦੈਟਸ ਦਾ ਐਗਜੈਕਟ ਅਮਾਊਂਟ। ਉਹ ਜਿਹੜਾ ਬਲੌਕ ਅਕਾਊਂਟ ਹੈ ਉਹ ਬੱਚੇ ਨੂੰ ਈਅਰਲੀ ਮੀਨਸ ਉੱਥੇ ਈਅਰ ਦਾ ਇਹ ਹੁੰਦਾ ਤਾਂ ਮੰਥਲੀ ਇਹਨੂੰ 12 ਉਹਦੇ ਵਿੱਚ ਕਰਕੇ ਡਿਵਾਈਡ ਉਹ ਹਰ ਮਹੀਨੇ ਮਿਲਦਾ ਰਹਿੰਦਾ ਲਿਵਿੰਗ ਐਕਸਪੈਂਸਿਸ। ਦੈਟ ਮੀਨਸ ਕਿ ਬੱਚਾ ਪੜ੍ਹਾਈ ਦੇ ਉੱਪਰ ਧਿਆਨ ਕਰ ਸਕੇ। ਜਿਹੜੀ ਫੀਸ ਹੈ, ਫੀਸ ਵੇਰੀ ਕਰਦੀ ਹਰ ਯੂਨੀਵਰਸਿਟੀ ਦੀ। ਜਰਮਨੀ ਦੇ ਵਿੱਚ ਜੇ ਟੈਕਨੋਲੋਜੀ ਯੂਨੀਵਰਸਿਟੀ 'ਚ ਪਬਲਿਕ ਯੂਨੀਵਰਸਿਟੀਜ਼ ਦੇ ਵਿੱਚ ਜਾ ਰਹੇ ਹੋ
ਅਤੇ ਉਹ ਫਰੀ ਹੈ, ਮੀਨਸ 500,000 ਜਾਂ 1,500 ਯੂਰੋ ਦੀ ਹੁੰਦੀ ਹੈ। ਉਹਦੇ ਵਾਸਤੇ ਤੁਹਾਨੂੰ ਜਰਮਨ ਲੈਂਗੁਏਜ ਕਰਨੀ ਪੈਂਦੀ ਹੈ B2 ਲੈਵਲ ਤੱਕ। ਬਟ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਜਿਹੜੀ ਗਵਰਨਮੈਂਟ ਤੋਂ ਗ੍ਰਾਂਟ ਮਿਲਦੀ ਹੈ, ਬਿਗੈਸਟ ਯੂਨੀਵਰਸਿਟੀਜ਼ ਆਫ ਜਰਮਨੀ, ਇਟਸ ਨੋਟ ਸਮੋਲ ਯੂਨੀਵਰਸਿਟੀ, ਦੀਜ਼ ਆਰ ਦਾ ਬਿਗੈਸਟ ਯੂਨੀਵਰਸਿਟੀਜ਼ ਆਫ ਜਰਮਨੀ, ਜੇ ਤੁਸੀਂ ਉਹਨਾਂ ਤੋਂ ਕਰਦੇ ਹੋ, ਯੂ ਹੈਵ ਟੂ ਪੇ ਸਮ ਫੀਸ, ਔਰ ਫੀਸ ਬਹੁਤ ਜ਼ਿਆਦਾ ਨਹੀਂ ਹੁੰਦੀ, 10,000-11,000 ਯੂਰੋ ਫੀਸ ਹੈ, ਦੈਟਸ ਨੋਟ ਟੂ ਮੱਚ, ਔਰ 6 ਮੰਥ ਦੀ ਫੀਸ ਯੂ ਕੈਨ ਪੇ ਬਿਫੋਰ ਯੂਅਰ ਐਡਮਿਸ਼ਨ ਐਂਡ ਅਪ ਟੂ ਵੀਜ਼ਾ ਪ੍ਰੋਸੈਸ। ਜੀ ਜੀ ਬਿਲਕੁਲ, ਦੇਖੋ ਜਰਮਨੀ ਸਟੱਡੀ ਵੀਜ਼ਾ ਆਪਣੇ ਆਪ ਵਿੱਚ ਕਿੰਨਾ ਜ਼ਿਆਦਾ ਖਾਸ ਹੈ, ਕਿੰਨੀ ਚੰਗੀ ਆਪਸ਼ਨਸ ਨੇ। ਟੈਕਨੀਕਲ ਕੋਰਸਿਸ ਦੀ ਗੱਲ ਕਰ ਲਈਏ, ਇੰਜੀਨੀਅਰਿੰਗ ਵਾਲੇ ਸਟੂਡੈਂਟਸ ਲਈ ਬਹੁਤ ਸਾਰੇ ਚੰਗੇ ਰਸਤੇ ਅੱਗੋਂ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਦੇ, ਚੰਗੀਆਂ ਜੋਬਸ, ਚੰਗੀਆਂ ਸੈਲਰੀਜ਼, ਕਿਉਂਕਿ ਹਰ ਸਟੂਡੈਂਟ ਜਿਹੜਾ ਸਟੱਡੀ ਵੀਜ਼ਾ 'ਤੇ ਕਿਸੇ ਵੀ ਕੰਟਰੀ ਜਾ ਰਿਹਾ, ਉਸਦਾ ਮੋਟਿਵ ਇਹੀ ਹੁੰਦਾ ਕਿ ਮੈਨੂੰ ਕੱਲ੍ਹ ਨੂੰ ਚੰਗੀ ਜੋਬ ਮਿਲੇ, ਚੰਗੀ ਸੈਲਰੀ ਮਿਲ ਸਕੇ। ਸੋ ਉਸਦੇ ਲਈ ਬਹੁਤ ਜ਼ਰੂਰੀ ਹੁੰਦਾ ਤੁਸੀਂ ਚੰਗੀ ਆਪਸ਼ਨ ਦੇ ਨਾਲ ਅੱਗੇ ਵਧੋ, ਚੰਗੇ ਕੋਰਸਿਸ ਦੇ ਨਾਲ ਅੱਗੇ ਵਧੋ। ਸੋ ਜਰਮਨੀ ਲਈ ਅਗਰ ਤੁਸੀਂ ਇਹਨਾਂ ਕੋਰਸਿਸ ਬਾਰੇ ਸੋਚਣਾ ਚਾਹੁੰਦੇ ਹੋ, ਹੋਰ ਕਲੈਰਿਟੀ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਰਾਈਟ ਆਪਸ਼ਨਸ ਨਾਲ ਅੱਗੇ ਵਧਣਾ ਚਾਹੁੰਦੇ ਹੋ, ਤਾਂ ਇੱਕ ਵਾਰੀ ਜ਼ਰੂਰ ਤੁਸੀਂ ਨੈਵੀਗੇਟਰ ਓਵਰਸੀਜ਼ ਦਾ ਜਿਹੜਾ ਨੰਬਰ ਡਿਸਪਲੇਸ ਉੱਪਰ ਕਾਲ ਕਰਕੇ ਵੀ ਪੂਰੀ ਜਾਣਕਾਰੀ ਲੈ ਸਕਦੇ ਹੋ। ਆਪਣੇ ਡਾਕੂਮੈਂਟਸ ਲੈ ਕੇ ਅਗਰ ਤੁਸੀਂ ਵਿਜ਼ਿਟ ਕਰਦੇ ਹੋ ਨੈਵੀਗੇਟਰ ਓਵਰਸੀਜ਼ ਦੇ ਆਫਿਸ ਵਿੱਚ, ਤਾਂ ਤੁਹਾਡੇ ਡਾਕੂਮੈਂਟਸ ਦੀ ਅਸੈਸਮੈਂਟ ਤੋਂ ਬਾਅਦ ਤੁਹਾਨੂੰ ਹੋਰ ਚੰਗੇ ਢੰਗ ਦੇ ਨਾਲ ਗਾਈਡ ਕੀਤਾ ਜਾ ਸਕਦਾ ਹੈ ਕਿ ਤੁਹਾਡੇ ਫਿਊਚਰ ਲਈ ਕੀ ਸਭ ਤੋਂ ਬੈਸਟ ਰਹਿ ਸਕਦਾ ਹੈ ਤੁਹਾਡੇ ਡਾਕੂਮੈਂਟਸ ਅਕੋਰਡਿੰਗਲੀ। ਸੋ ਬਹੁਤ ਬਹੁਤ ਥੈਂਕਸ ਮੈਮ, ਜਿਵੇਂ ਤੁਸੀਂ ਹਮੇਸ਼ਾ ਸਟੂਡੈਂਟਸ ਨੂੰ ਗਾਈਡ ਕਰਦੇ ਹੋ, ਅਵੇਅਰ ਕਰਦੇ ਹੋ, ਅੱਜ ਤੁਸੀਂ ਬਹੁਤ ਚੰਗੀ ਆਪਸ਼ਨ ਜਰਮਨੀ ਬਾਰੇ ਔਰ ਚੰਗੇ ਕੋਰਸਿਸ ਬਾਰੇ ਸਟੂਡੈਂਟਸ ਨੂੰ ਅਵੇਅਰ ਕੀਤਾ। ਆਈ ਹੋਪ ਸਟੂਡੈਂਟਸ ਨੇ ਅੱਜ ਦੀ ਇਸ ਵੀਡੀਓ ਤੋਂ ਕੁਛ ਨਾ ਕੁਛ ਨਵਾਂ ਜ਼ਰੂਰ ਸਿੱਖਿਆ, ਔਰ ਅੱਗੋਂ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਲਈ ਸਹੀ ਡਿਸੀਜ਼ਨ ਲੈਣ ਲਈ ਇਹ ਵੀਡੀਓ ਨਾਲ ਹੀ ਕਾਫੀ ਫਾਇਦੇਮੰਦ ਰਹਿ ਸਕਦੀ ਹੈ। ਸੋ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਾਂਝੇ ਜ਼ਰੂਰ ਕਰ ਸਕਦੇ ਨੇ। ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਓ, ਅਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮੱਚ। ਥੈਂਕ ਯੂ।